ਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕੁਐਸਟ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਜੀ ਚੈਨਲ ਨੂੰ ਲਾਲ ਰੰਗ ਦਾ ਸਬਸਕ੍ਰਾਈਬ ਵਾਲਾ ਬਟਨ ਨੱਪ ਕੇ ਕਰ ਲਓ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਨੱਪ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਸੋ ਸ਼ੁਰੂਆਤ ਕਰਦੇ ਆਂ ਜੀ ਮਨ ਕੀ ਬਾਤ ਪ੍ਰੋਗਰਾਮ ਚ ਬੋਲੇ ਪੀਐਮ ਮੋਦੀ ਦੇਸ਼ ਚ ਹੁਣ ਬਹੁਤ ਕੁਝ ਖੁੱਲਿਆ ਜਿਆਦਾ ਚੌਕਸ ਰਹਿਣ ਦੀ ਲੋੜ ਸੋ ਅੱਜ ਐਤਵਾਰ ਨੂੰ ਕਰੋਨਾ ਸੰਕਟ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੇਡੀਓ ਪ੍ਰੋਗਰਾਮ ਮਨ ਕੀ ਬਾਤ ਦੇ ਰਾਹੀਂ ਦੇਸ਼ਵਾਸੀਆਂ ਨੂੰ ਸੰਬੋਧਨ ਕੀਤਾ ਲੌਕਡਾਊਨ ਦੇ ਦੌਰਾਨ ਪੀਐਮ ਮੋਦੀ ਦਾ ਇਹ ਤੀਜਾ ਸੰਬੋਧਨ ਸੀ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਪਿਛਲੀ ਵਾਰ ਤੁਹਾਡੇ ਨਾਲ ਮੰਨ ਕੇ ਬਾਤ ਕੀਤੀ ਸੀ ਉਦੋਂ ਯਾਤਰੀ ਟ੍ਰੇਨਾਂ ਬੱਸਾਂ ਤੇ ਹਵਾਈ ਸੇਵਾਵਾਂ ਬੰਦ ਸਨ ਪਰ ਹੁਣ ਬਹੁਤ ਕੁਝ ਖੁੱਲ ਗਿਆ ਹੈ ਜੀ ਟ੍ਰੇਨਾਂ ਦੇ ਰਾਹੀਂ ਹਵਾਈ ਸੇਵਾ ਵੀ ਜਾ ਸ਼ੁਰੂ ਹੋ ਚੁੱਕੀ ਆ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਚੱਲਣ ਲੱਗ ਪਿਆ ਹੈ ਜਿਸ ਦੇ ਕਾਰਨ ਸਾਨੂੰ ਹੁਣ ਹੋਰ ਵੀ ਚੌਕਸ ਰਹਿਣ ਦੀ ਲੋੜ ਹੈ ਪੀਐਮ ਮੋਦੀ ਨੇ ਕਿਹਾ ਕਿ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਵਿਰੁੱਧ ਲੜਾਈ ਦੇ ਵਿੱਚ ਹਰ ਇੱਕ ਸਮੂਹ ਕਯਤਨਾ ਸਦਕਾ ਮਜਬੂਤੀ ਦੇ ਨਾਲ ਲੜੀ ਜਾ ਰਹੀ ਹੈ। ਪੀਐਮ ਮੋਦੀ ਦੇ ਅਨੁਸਾਰ ਕਰੋਨਾ ਵੈਕਸੀਨ ਦੇ ਉੱਤੇ ਸਾਡੀ ਲੈਬ ਦੇ ਵਿੱਚ ਜੋ ਕੰਮ ਹੋ ਰਿਹਾ ਹੈ ਉਸ ਉੱਤੇ ਦੁਨੀਆ ਭਰ ਦੀਆਂ ਨਿਗਾਹਾਂ ਹਨ। ਅਸੀਂ ਸਾਰਿਆਂ ਦੇ ਲਈ ਉਮੀਦ ਵੀ ਹਾਂ ਪਰ ਕਿਸੇ ਪਰਿਸਥਿਤੀ ਨੂੰ ਬਦਲ ਲਈ ਇੱਛਾ ਸ਼ਕਤੀ ਦੇ ਨਾਲ ਬਹੁਤ ਕੁਝ ਨਵੀਨਤਾ ਤੇ ਵੀ ਨਿਰਪਰ ਕਰਦਾ ਹੈ। ਪਰਦਾਣ ਮੰਤਰੀ ਮੋਦੀ ਨੇ ਅੱਗੇ ਕਿਹਾ ਕਿ ਸਾਡੇ ਰੇਲਵੇ ਦੇ ਸਾਥੀ ਦਿਨ ਰਾਤ ਲੱਗੇ ਹੋਏ ਹਨ ਜਿਸ ਪ੍ਰਕਾਰ ਰੇਲਵੇ ਦੇ ਕਰਮਚਾਰੀ ਇਸ ਸਮੇਂ ਜੁਟੇ ਹੋਏ ਹਨ ਉਹ ਵੀ ਇੱਕ ਪ੍ਰਕਾਰ ਦੇ ਨਾਲ ਕੋਰੋਨਾ ਵਾਰੀਅਰਜ਼ ਦਾ ਹੀ ਕੰਮ ਕਰ ਰਹੇ ਹਨ ਅਗਲੀ ਖਬਰ ਆ ਰਹੀ ਹੈ ਜੀ ਬੀਜ ਕੀਟਨਾਸ਼ਕ ਤੇ ਖਾਦ ਵੇਚਣ ਵਾਲਿਆਂ ਦੀ ਕੀਤੀ ਅਚਨਚੇਤ ਚੈਕਿੰਗ ਸੋ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵੱਲੋਂ ਚਲਾਈ ਜਾ ਰਹੀ ਵਿਸ਼ੇ ਜੂ ਮਹਿੰਮ ਦੇ ਤਹਿਤ ਕਿਸਾਨਾਂ ਨੂੰ ਉੱਚ ਮਿਆਰੀ ਖੇਤੀ ਸਮਗਰੀ ਉਪਲਬਧ ਕਰਵਾਉਣ ਦੇ ਉਦੇਸ਼ ਦੇ ਨਾਲ ਬਲਾਕ ਪਠਾਨਕੋਟ ਸਰਨਾਪੂਆ ਸੁੰਦਰ ਚੱਕ ਅਤੇ ਸ਼ਹਿਰ ਪਠਾਨਕੋਟ ਦੇ ਬੀਜ ਕੀਟਨਾਸ਼ਕ ਅਤੇ ਖਾਦ ਵੇਚਣ ਵਾਲਿਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੋਰੋਨਾ ਦੇ ਡਰੋਂ ਫਿੱਕੀ ਪਈ ਵਿਦੇਸ਼ ਜਾਣ ਦੀ ਲਾਲਸਾ ਕਈਆਂ ਵੱਲੋਂ ਦੇਸ਼ ਦੇ ਵਿੱਚ ਹੀ ਕੰਮ ਸ਼ੁਰੂ ਕਰਨ ਦਾ ਫੈਸਲਾ कोरोना वायरस ਦੇ ਕਾਰਨ ਮਲੇਸ਼ੀਆ ਦੇ ਵਿੱਚ ਫਸੇ ਲੋਕ 22 ਮਈ ਨੂੰ ਵਾਪਸ ਆਏ ਤਾਂ ਉਹਨਾਂ ਦੀ ਸੋਚ ਦੇ ਵਿੱਚ ਹੁਣ ਬਦਲਾਅ ਹੈ ਬਹੁਤੇ ਲੋਕ ਕਹਿੰਦੇ ਹਨ ਕਿ ਵਿਦੇਸ਼ਾਂ ਦੇ ਵਿੱਚ ਡਾਲਰ ਜਾਂ ਪੌਂਡ ਕਮਾਉਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਘੱਟ ਪੈਸੇ ਕਮਾਉਣਾ ਬਿਹਤਰ ਹੈ ਕਿਉਂਕਿ ਜਦੋਂ ਕੁਝ ਹੁੰਦਾ ਤਾਂ ਤੁਸੀਂ ਆਸਾਨੀ ਦੇ ਨਾਲ ਘਰ ਪਹੁੰਚ ਸਕਦੇ ਹੋ ਵਿਦੇਸ਼ਾਂ ਦੇ ਵਿੱਚੋਂ ਘਰ ਪਹੁੰਚਣਾ ਬਹੁਤ ਮੁਸ਼ਕਲ ਹੈ 코로나 ਤੋਂ ਮੁੜ ਉੱਭਰਨਾ ਸੌਖਾ ਨਹੀਂ ਇਸ ਦੇ ਵਿੱਚ ਬਹੁਤ ਸਮਾਂ ਲੱਗਣ ਵਾਲਾ ਹਾਲਾਂਕਿ ਕੁਝ ਲੋਕ ਅਜੇ ਵੀ ਮੁੜ ਵਿਦੇਸ਼ ਜਾਣ ਦੀ कोरोना अवधि ਦੇ ਅੰਤ ਦੀ ਉਡੀਕ ਕਰ ਰਹੇ ਹਨ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ 트ੰਪ ਦਾ ਜੀ 7 ਬਾਰੇ ਵੱਡਾ ਐਕਸ਼ਨ ਭਾਰਤ ਬਾਰੇ ਵੀ ਕਹੀ ਵੱਡੀ ਗੱਲ ਸੋ ਆਰਥਿਕ ਤੌਰ ਤੇ ਮਜ਼ਬੂਤ ਸੱਤ ਦੇਸ਼ਾਂ ਦੇ ਸਮੂਹ ਜੀ 7 ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਦੋ ਵੱਡੀਆਂ ਗੱਲਾਂ ਕਹੀਆਂ ਹਨ ਪਹਿਲੀ ਤਾਂ ਇਹ ਕਿ 트ੰਪ ਭਾਰਤ ਰੂਸ ਆਸਟ੍ਰੇਲੀਆ ਤੇ ਦੱਖਣੀ ਕੋਰੀਆ ਨੂੰ ਇਸ ਸਮੂਹ ਚ ਸ਼ਾਮਲ ਕਰਨ ਦੀ ਸਲਾਹ ਦਿੰਦੀ ਹੈ ਦੂਜਾ 트럼ਪ ਨੇ G7 ਬੈਠਕ ਦੇਚਾਂ ਦੀ ਬੈਠਕ ਸਤੰਬਰ ਤੱਕ ਟਾਲਣ ਦਾ ਐਲਾਨ ਕੀਤਾ ਹੈ ਇਸ ਤੋਂ ਪਹਿਲਾਂ ਬੈਠਕ 12 ਤੋਂ 12 ਜੂਨ ਦੇ ਦਰਮਿਆਨ ਹੋਣੀ ਸੀ ਪਰ ਹੁਣ ਕੋਰੋਨਾ ਵਾਇਰਸ ਦੇ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਹੈ G7 ਦੇ ਵਿੱਚ ਅਮਰੀਕਾ ਤੋਂ ਇਲਾਵਾ ਬ੍ਰਿਟੇਨ, ਫਰਾਂਸ, ਕੈਨੇਡਾ, ਜਰਮਨੀ, ਇਟਲੀ ਤੇ ਜਾਪਾਨ ਸ਼ਾਮਲ ਸਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੋਰੋਨਾ ਮਹਾਮਾਰੀ ਵਿੱਚ ਫਿਰੋਜ਼ਪੁਰ ਦੇ ਨੌਜਵਾਨਾਂ ਦੀ ਇਸ ਟੀਮ ਨੇ ਚਲਾਇਆ ਪੂਰੇ 2 ਮਹੀਨੇ ਲੰਗਰ ਸੋ ਵੱਡੀ ਖਬਰ ਆ ਰਹੀ ਹੈ ਜੀ ਖਾਣੇ ਤੋਂ ਇਲਾਵਾ ਦੁੱਧ ਦਵਾਈਆਂ ਆਦਿ ਵੀ ਵੰਡੇ ਪਰ ਉਸ ਤੋਂ ਪਹਿਲਾਂ ਇੱਕ ਨਿੱਕੀ ਜਿਹੀ ਰਿਕਵੈਸਟ ਹੈ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਕੋਰੋਨਾ ਵਾਇਰਸ ਦੇ ਕਾਰਨ ਜਦੋਂ ਸਕੇ ਸੰਬੰਧੀ ਆਪਣਿਆਂ ਦੇ ਸੰਸਕਾਰ ਤੱਕ ਕਰਨੋਂ ਭੱਜ ਰਹੇ ਸਨ ਤਾਂ ਸੰਕਟ ਦੀ ਇਸ ਘੜੀ ਦੇ ਵਿੱਚ ਅਸਲ ਦੇ ਵਿੱਚ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਕੁਝ ਸਮਾਜ ਸੇਵੀ ਸੰਸਥਾਵਾਂ ਸਾਹਮਣੇ ਆਈਆਂ ਜੋ ਬਿਨਾਂ ਕਿਸੇ ਤਰ੍ਹਾਂ ਕੋਈ ਪ੍ਰਵਾਹ ਕੀਤੇ ਦਿਨ ਰਾਤ ਸਮਾਜ ਸੇਵਾ ਦੇ ਵਿੱਚ ਜੁਟ ਗਈਆਂ ਲੋੜਵੰਦ ਗਰੀਬਾਂ ਮਜ਼ਦੂਰਾਂ ਲੋਕਾਂ ਦੇ ਲਈ ਰਾਸ਼ਨ ਲੰਗਰ ਆਦ ਦਾ ਪ੍ਰਬੰਧ ਕਰਦੀਆਂ ਨਜ਼ਰ ਆਉਣ ਲੱਗੀਆਂ ਇਹੀ ਹੀ ਅੱਜ ਇਹੀ ਹੀ ਇੱਕ ਟੀਮ ਫਰੂਜ਼ਪੁਰ ਦੀ ਸੰਸਥਾਵਾਂ ਦੇ ਨੌਜਵਾਨਾਂ ਦੀ ਹੈ ਜੋ ਕੋਰੋਨਾ ਵਾਇਰਸ ਦੇ ਕਾਰਨ ਬੇਸਹਾਰਾ ਹੋਏ ਦਿਹਾੜੀ ਮਜ਼ਦੂਰੀ ਕਰਦੇ ਪ੍ਰਵਾਸੀ ਲੋਕਾਂ ਨੂੰ ਲਗਾਤਾਰ 60 ਦਿਨ ਪਵ 2 ਮਹੀਨੇ ਤੋਂ ਟਾਈਮ ਲੰਗਰ ਵੰਡ ਰਹੀ ਹੈ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦਾ ਪਾਲਣ ਕਰਦੇ ਸੁਰੱਖਿਆ ਦੇ ਲਈ ਪੀਈ ਕਿੱਟਾਂ ਪਾ ਕੇ ਲੰਗਰ ਵੰਡਣ ਵਾਲੀ 10 ਨੌਜਵਾਨਾਂ ਦੀ ਇਸ ਟੀਮ ਦੇ ਵਿੱਚ ਫਿਲਮੀ ਅਦਾਕਾਰ, ਕਾਰੋਬਾਰੀ, ਸਾਬਕਾ ਫੌਜੀ, ਪੱਤਰਕਾਰ ਤੇ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨਾਲ ਵਿਚਾਰਧਾਰਾ ਹੋਣ ਦੇ ਬਾਵਜੂਦ ਵੀ ਇਹ ਨੌਜਵਾਨ ਇੱਕ ਮੰਚ ਤੇ ਇਕੱਠੇ ਹੋ ਕੇ ਲਗਾਤਾਰ ਸੇਵਾ ਦੇ ਵਿੱਚ ਜੋਟਰੇ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮਾਨ ਵਾਲੀ ਗੱਲ ਭਾਰਤੀ ਮੂਲ ਦੀ ਵਿਗਿਆਨੀ कोरोना वैक्सीन बनावण वाली टीम ਦੇ ਵਿੱਚ ਸ਼ਾਮਲ ਸੁ ਭਾਰਤੀ ਮੂਲ ਦਾ ਇੱਕ ਵਿਗਿਆਨੀ ਕੋਰੋਨਾ ਵਾਇਰਸ ਤੋਂ ਬਚਾ ਦੇ ਲਈ ਇੱਕ ਟੀਕਾ ਲੱਭਣ ਦੇ ਪ੍ਰੋਜੈਕਟ ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਪੇਸ਼ੇਵਾਰਾਂ ਦੀ ਇੱਕ ਟੀਮ ਚ ਆ ਗਿਆ ਹੈ ਤੇ ਉਸ ਨੇ ਇਸ ਮਾਨਵਤਾਵਾਦੀ ਕੰਮ ਚ ਸ਼ਾਮਲ ਹੋਣ ਤੇ ਮਾਣ ਮਹਿਸੂਸ ਕਰਦਾ ਹੈ ਉਸ ਨੇ ਕਿਹਾ ਕਿ ਵਿਸ਼ਵ ਦੀਆਂ ਉਮੀਦਾਂ ਇਸ ਟੀਕੇ ਦੇ ਨਤੀਜੇ ਦੇ ਨਾਲ ਜੁੜੀਆਂ ਹੋਈਆਂ ਹਨ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਲੁਧਿਆਣਾ ਦੇ ਵਿੱਚ ਕਰੋਨਾ ਦੇ 9 ਪੋਜ਼ਿਟਿਵ ਮਰੀਜ਼ਾਂ ਦੀ ਹੋਈ ਪੁਸ਼ਟੀ ਸੋ ਲੁਧਿਆਣਾ ਤੋਂ ਵੱਡੀ ਖਬਰ ਆ ਰਹੀ ਹੈ ਜੀ ਕਰੋਨਾ ਨੇ ਪੂਰੇ ਵਿਸ਼ਵ ਦੇ ਵਿੱਚ ਕਹਰਾਮ ਚਾਇਆ ਹੋਇਆ ਹੈ ਪੰਜਾਬ ਦੇ ਵਿੱਚ ਤਾਲਾਬੰਦੀ ਦੇ ਵਿੱਚ ਕਰੋਨਾ ਕਾਰਨ ਵਾਇਰਸ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਅੱਜ ਲੁਧਿਆਣਾ ਦੇ ਵਿੱਚ 9 ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਜਿਨ੍ਹਾਂ ਦੇ ਵਿੱਚੋਂ 7 ਇੱਕ ਹੀ ਪਰਿਵਾਰ ਦੇ ਮੈਂਬਰ ਹਨ ਦੋ ਹਵਾਲਾਤੀ ਇੱਕ 34 ਸਾਲ ਦਾ ਨੌਜਵਾਨ ਅਤੇ ਇੱਕ 18 ਸਾਲ ਦਾ ਨੌਜਵਾਨ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਜਨਤਾ ਨੂੰ ਸੋਨੂ ਸੂਦ ਚੋਂ ਦਿਸਿਆ ਭਗਤ ਸਿੰਘ ਗੁਰੂ ਰੰਧਾਵਾ ਨੇ ਸ਼ੇਅਰ ਕੀਤੀ ਫੋਟੋ ਸੋ ਵੱਡੀ ਖਬਰ ਆ ਰਹੀ ਹੈ ਜੀ ਆਧਕਾਰ ਸੋਨੂ ਸੂਦ ਦੀ ਪ੍ਰਸ਼ੰਸਾ ਕਰਨ ਵਾਲਿਆਂ ਵਿੱਚ ਹੁਣ ਪੰਜਾਬੀ ਗਾਇਕਿਕਾ ਇੱਕ ਦਾ ਵੀ ਨਾਂ ਜੁੜ ਗਿਆ ਤੇ ਉਹ ਉਹਨਾਂ ਸੋਨੂ ਸੂਦ ਦੀ ਇੱਕ ਤਸਵੀਰ ਭਗਤ ਸਿੰਘ ਦੇ ਰੂਪ ਦੇ ਵਿੱਚ ਸਾਂਝੀ ਕੀਤੀ ਹੈ ਸੋਨੂ ਸੂਦ ਦਾ ਸਨਮਾਨ ਕਰਨ ਦੇ ਲਈ ਗੁਰੂ ਰੰਧਾਵਾਣੇ ਸੋਸ਼ਲ ਮੀਡੀਆ ਤੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸ਼ਿਲਪਾ ਸ਼ੈਟੀ ਤੋਂ ਬਾਅਦ ਪੰਜਾਬੀ ਗਾਇਕ ਗੁਰੂ ਰੰਧਾਵਾਣੇ ਤਾਲਾਬੰਦੀ ਤੋਂ ਬਾਅਦ ਮੋਬਾਈਲ ਚ ਫਸੇ ਯੂਪੀ ਤੇ ਬਿਹਾਰ ਦੇ ਮਜ਼ਦੂਰਾਂ ਦੇ ਲਈ ਮਸੀਹਾ ਬਣੇ ਸੋਨੂ ਸੂਦ ਆਪਣੇ ਇੰਸਟਾਗ੍ਰam ਤੇ ਲਗਾਤਾਰ ਫੋਟੋਆਂ ਸ਼ੇਅਰ ਕਰ ਰਹੀਆਂ ਹਨ ਤੇ ਸੋਨੂ ਫੋਟੋ ਦੇ ਵਿੱਚ ਸੋਨੂ ਭਗਤ ਸਿੰਘ ਦੇ ਰੂਪ ਦੇ ਵਿੱਚ ਦਿਖਾਈ ਦੇ ਰਿਹਾ ਹੈ ਉਹਨਾਂ ਲਿਖਿਆ ਸੋਨੂ ਪਾਜੀ ਨੂੰ ਪਿਆਰ ਤੇ ਸਤਿਕਾਰ ਤੁਹਾਡੇ ਤੋਂ ਬਹੁਤ ਕੁਝ ਸਿੱਖਣ ਦੇ ਲਈ ਮਿਲਿਆ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ 172 ਕਰੋਨਾ ਪੀੜਤ ਜਨਾਨੀਆਂ ਦੀ ਡਿਲੀਵਰੀ 44 ਬੱਚੇ ਨਿਕਲੇ ਕਰੋਨਾ ਪੋਜ਼ੀਟਿਵ ਸੋ ਵੱਡੀ ਖਬਰ ਆ ਰਹੀ ਹੈ ਜੀ ਗੁਜਰਾਤ ਦੇ ਅਹਮਦਾਬਾਦ ਚ ਕਈ ਗਰਭਵਤੀ ਜਨਾਨੀਆਂ ਉਸ ਸਮੇਂ ਹੈਰਾਨ ਰਹਿ ਗਈਆਂ ਜਦੋਂ ਬੱਚਿਆਂ ਨੂੰ ਜਨਮ ਦੇਣ ਤੋਂ ਪਹਿਲਾਂ ਹੋਏ ਟੈਸਟ 'ਚ ਉਹ ਕਰੋਨਾ ਵਾਇਰਸ ਤੋਂ ਪੀੜਤ ਪਾਈਆਂ ਗਈਆਂ ਜ਼ਿਆਦਾਤਰ ਚ ਕੋਈ ਲੱਛਣ ਨਹੀਂ ਮਿਲਿਆ ਪਰ ਫਿਰ ਵੀ ਕੰਟੇਨਮੈਂਟ ਜ਼ੋਨ ਦੇ ਵਿੱਚ ਰਹਿਣ ਅਤੇ ਕਮਿਊਨਿਟੀ ਟਰਾਂਸਫਰ ਤੋਂ ਉਹਨਾਂ ਤੋਂ ਵਾਇਰਲ ਵਾਇਰਸ ਫੈਲਿਆ ਇਥੋਂ ਦੇ ਸਿਵਲ ਹਸਪਤਾਲ ਦੇ ਐਸ ਵੀ ਪੀ 16 ਸਿਵਲ ਸਾਰਵੇ ਦੇਨ ਅਤੇ ਐਲ ਜੀ ਪੀ ਹਸਪਤਾਲ ਚ ਕੋਰੋਨਾ ਪੀੜ ਤੇ 172 ਜਨਾਨੀਆਂ ਨੇ ਬੱਚਿਆਂ ਨੂੰ ਜਨਮ ਦਿੱਤਾ ਜਿਨ੍ਹਾਂ ਦੇ ਵਿੱਚ 44 ਨਵੇਂ ਬੱਚੇ ਨਵੇਂ ਜਨਮੇ ਬੱਚੇ ਕਰੋਨਾ ਪੋਜ਼ਿਟਿਵ ਪਾਏ ਗਏ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਦੇਸ਼ 'ਚ ਕਰੋਨਾ ਦੇ 8000 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਏ ਪ੍ਰਭਾਵਿਤ ਗਿਣਤੀ ਪਹੁੰਚੀ 182000 ਤੋਂ ਪਾਰ ਸੋ ਵੱਡੀ ਖਬਰ ਆ ਰਹੀ ਹੈ ਜੀ ਦੇਸ਼ ਦੇ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਦੇ ਨਾਲ ਵਧ ਰਹੇ ਹਨ ਤੇ ਭਾਰਤ ਨੂੰ ਸਭ ਤੋਂ ਵੱਧ ਕੇਸਾਂ ਵਾਲੇ ਦੇਸ਼ਾਂ ਦੇ ਵਿੱਚ ਇਸ ਨੂੰ ਨੌਵੇਂ ਸਥਾਨ ਮਿਲਿਆ ਹੈ ਤੇ ਪਿਛਲੇ 24 ਘੰਟਿਆਂ ਦੇ ਵਿੱਚ ਹੁਣ ਸਤਾ ਤੱਕ ਦੇ ਸਭ ਤੋਂ ਜਿਆਦਾ ਰਿਕਾਰਡਡ ਮਾਮਲੇ 8380 ਨਵੇਂ ਕੇਸ ਦਰਜ ਕੀਤੇ ਗਏ ਹਨ ਸੰਕਰਮਿਤ ਲੋਕਾਂ ਦੀ ਕੁੱਲ ਗਿਣਤੀ ਹੈ ਜਿਹੜੀ 182143 ਤੇ ਇਸ ਸਮੇਂ ਦੇ ਦੌਰਾਨ 193 ਲੋਕਾਂ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਕੋਰੋਨਾ ਨੇ ਮੁੜ ਫੜੀ ਰਫਤਾਰ ਇੱਕੋ ਦਿਨ ਚ 56 ਨਵੇਂ ਕੇਸ ਹੋ ਵੱਡੀ ਖਬਰ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਕੋਰੋਨਾ ਵਾਇਰਸ ਦਾ ਪਸਾਰ ਰੋਕਣ ਦੀ ਲਈ ਲਾਏ ਗਏ ਲਾਕਡਾਊਨ 4 ਦਾ ਅੱਜ ਆਖਰੀ ਦਿਨ ਹੈ ਪਰ ਪੰਜਾਬ ਚ ਕੋਰੋਨਾ ਵਾਇਰਸ ਨੇ ਮੁੜ ਤੋਂ ਰਫ਼ਤਾਰ ਫੜ ਲਈ ਹੈ। ਸ਼ਨੀਵਾਰ ਪੰਜਾਬ ਦੇ 13 ਜ਼ਿਲ੍ਹਿਆਂ ਚੋਂ 56 ਲੋਕ ਕੋਰੋਨਾ ਪੋਜ਼ੀਟਿਵ ਪਾਏ ਗਏ। ਇਹਨਾਂ ਪੋਜ਼ੀਟਿਵ ਮਰੀਜ਼ਾਂ ਚੋਂ 26 ਲੋਕ 5 ਪਰਿਵਾਰਾਂ ਤੋਂ ਹੀ ਹਨ। ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ। ਬਾਦਲ ਤੇ ਟੰਡਰੀਆਂ ਵਾਲੇ ਸਣੇ ਪੰਜਾਬ ਦੇ ਕਈ ਹਿੰਦੂ ਸਿੱਖ ਲੀਡਰਾਂ ਦੀ ਜਾਨ ਨੂੰ ਖਤਰਾ। ਸੋ ਖੂਫੀਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੋ ਕਬੀਰ ਬਾਦਲ ਸ਼ਿਵ ਸੈਨਾ ਹਿੰਦੂ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਜੁਮਣਾ ਅਖਾੜਾ ਤੇ ਮਹਾ ਮੰਡਲ ਵਿਸ਼ੇਵਰ ਜਗਦਗੁਰੂ ਗੁਰੂ ਪੰਚ ਆਨੰਦ ਗਿਰੀ ਬਾਬਾ ਰਣਜੀਤ ਸਿੰਘ ਢੰਡਰੀਆਂ ਵਾਲੇ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਇਸ ਦੇ ਪਿੱਛੇ ਸਰਗਰਮ ਲੋਕਾਂ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ISI ਦੀ ਸ਼ੈ ਹੈ ਤੇ ਇਸ ਦੇ ਸਬੰਧ ਵਿਦੇਸ਼ਾਂ ਚੋਂ ਬੈਠੇ ਖਾਲਿਸਤਾਨ ਪੱਖੀ ਲੋਕਾਂ ਸਰਗਰਮ ਹਨ ਤੇ ਵਿਦੇਸ਼ਾਂ ਚੋਂ ਫੰਡ ਤੇ ISI ਤੋਂ ਹਥਿਆਰਾਂ ਦੇ ਨਾਲ ਪੰਜਾਬ ਦੇ ਅੰਦਰ ਵੀ ਸਰਗਰਮੀਆਂ ਵਧਾਉਣ ਦੀ ਕੋਸ਼ਿਸ਼ ਹੋ ਰਹੀ ਆ ਖੂਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ISI ਪੰਜਾਬ ਦੇ ਵਿੱਚ ਲਸ਼ਕਰ ਜੈਸ਼ ਬੱਬਰ ਖਾਲਸਾ ਤੇ KLF ਦੇ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਸਰਗਰਮ ਕਰਨ ਦੀਆਂ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਉਹਨਾਂ ਨੂੰ ਲਗਾਤਾਰ ਪੈਸਾ ਤੇ ਹਥਿਆਰ ਮੁਹੱਈਆ ਕਰਵਾਉਣ ਦੇ ਲਈ ਖੂਫੀ ਏਜੰਸੀਆਂ ਤੋਂ ਇਨਪੁਟ ਮਿਲ ਰਹੀ ਹਨ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕੂੜੇ ਦੇ ਢੇਰ ਤੋਂ ਮਿਲੀ 11 ਸਾਲ ਬੱਚੇ ਦੀ Laash ਕੁਚਲਿਆ ਹੋਇਆ ਸੀ ਚਿਹਰਾ ਸੋ ਦਿੱਲੀ ਦੇ ਵਿੱਚ ਕਰੀਬ 11 ਸਾਲ ਦੇ ਬੱਚੇ ਦੀ Laash ਕੂੜੇ ਢੇਰ ਤੋਂ ਮਿਲੀ ਆ ਤੇ ਜਿਸ ਦੇ ਨਾਲ ਸਨਸਨੀ ਫੈਲ ਗਈ ਬੱਚੇ ਦਾ ਚਿਹਰਾ ਬੁਰੀ ਤਰ੍ਹਾਂ ਕੁਚਲਿਆ ਹੋਇਆ ਸੀ ਉਸ ਨੇ ਭੂਰੇ ਰੰਗ ਦੀ T-shirt ਤੇ ਲਾਲ ਰੰਗ ਦੀ ਪੈਂਟ ਪਹਿਨੀ ਸੀ ਬੱਚੇ ਦੀ ਪਛਾਣ ਈਸ਼ੂ ਉਰਫ ਅੱਟੂ ਦੇ ਤੌਰ ਤੇ ਹੋਈ ਹੈ ਜੋ ਕਿ ਲੋਨੀ ਇਲਾਕੇ ਦੇ অশੋਕ विहार ਕੱਚੀ ਕਲੋਨੀ ਦਾ ਰਹਿਣ ਵਾਲਾ ਤੇ ਜਾਣਕਾਰੀ ਦੇ ਮੁਤਾਬਕ ਸ਼ਨੀਵਾਰ ਸਵੇਰ ਨੂੰ ਕਰੀਬ 9 ਵਜੇ ਗੰਗਾ विहार ਐਚ ਬਲਾਕ ਦੇ ਨਾਲ ਰੋਡ ਸਥਿਤ ਕੂੜੇਦਾਨ ਚ ਦਿੱਲੀ ਨਗਰ ਨਿਗਮ ਦੇ ਸਫਾਈ ਕੰਮੇ ਕੂੜਾ ਚੁੱਕਣ ਲਈ ਪਹੁੰਚੇ ਤਾਂ ਇੱਕ ਬੱਚੇ ਦੀ ਲਾਸ਼ ਦੇਖੀ ਪੁਲਿਸ ਨੇ ਮ੍ਰਿਤਕ ਦੀ ਪਛਾਣ ਦੇ ਲਈ ਆਲੇ ਦੁਆਲੇ ਦੇ ਲੋਕਾਂ ਨੂੰ ਪੁੱਛਿਆ ਪੁੱਛਗਿੱਛ ਦੇ ਦੌਰਾਨ ਨੰਨੇ ਨਾਂ ਦੇ ਨੌਜਵਾਨ ਨੇ ਦੱਸਿਆ ਕਿ ਇਹ ਲਾਸ਼ ਉਸ ਦੇ ਪ੍ਰਾ ਇਸ਼ੂ ਦੀ ਹੈ ਉਹ ਸੁੰਘਣ ਵਾਲੇ ਨਸ਼ੇ ਦਾ ਆਦੀ ਸੀ ਤੇ ਗੋਲਕਪuri ਇਲਾਕੇ ਚ ਰਹਿਣ ਵਾਲੇ ਮੁੰਡਿਆਂ ਦੇ ਨਾਲ ਘੁੰਮਦਾ ਰਹਿੰਦਾ ਸੀ ਤੇ ਕਈ ਦਿਨਾਂ ਤੋਂ ਉਹ ਘਰ ਨਹੀਂ ਸੀ ਆਇਆ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ بارش ਤੇ ਤੇਜ਼ ਹਵਾਵਾਂ ਚੱਲਣ ਦੇ ਨਾਲ ਦਿੱਲੀ ਦੇ ਤਾਪਮਾਨ ਚ ਆਈ ਗ੍ਰਾਵਟ ਮੂਸਾ ਮੌਸਮ ਹੋਇਆ ਸੁਹਾਵਣਾ ਰਾਸ਼ਟਰੀ ਰਾਜਸਥਾਨੀ ਦਿੱਲੀ ਚ ਪੂਰੀ ਰਾਤ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣ ਅਤੇ بارش ਦੇ ਨਾਲ ਤਾਪਮਾਨ ਨੂੰ ਕਾਫੀ ਗਰਾਵਟਾਈ ਹੈ ਜੀ ਪੰਜਾਬ ਦੇ ਵਿੱਚ ਵੀ ਆਪਾਂ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਇਨਫੋਰਮੇਸ਼ਨ ਜਿਹੜੀ ਵੀਡੀਓ ਅਪਲੋਡ ਕਰ ਦਿੱਤੀ ਚੈਨਲ ਤੇ ਤੁਸੀਂ ਉਹ ਵੀ ਦੇਖ ਸਕਦੇ ਹੋ ਤੇ ਤਾਪਮਾਨ ਦੇ ਵਿੱਚ ਜਿਹੜੀ 6 ਡਿਗਰੀ ਗਿਰਾਵਟ ਦਰਜ ਕੀਤੀ ਗਈ ਹੈ ਤੇ ਮੌਸਮ ਵਿਗਿਆਨੀਆਂ ਦੇ ਅਨੁਸਾਰ ਅੱਜ ਐਤਵਾਰ ਨੂੰ ਵੀ 50 ਕਿਲੋਮੀਟਰ ਦੇ ਘੰਟੇ ਦੀ ਰਫ਼ਤਾਰ ਦੇ ਨਾਲ ਮੀਂਹ ਪੈ ਸਕਦਾ ਹੈ ਤੇ ਮੌਸਮ ਵਿਭਾਗ ਨੇ ਦੱਸਿਆ ਕਿ ਜੂਨ ਦੇ ਪਹਿਲੇ ਹਫ਼ਤੇ 'ਚ ਉਹ ਉੱਤਰ ਪੱਛਮੀ ਭਾਰਤ ਚ ਇੱਕ ਹੋਰ ਪੱਛਮੀ ਗੜਬੜ ਦੀ ਸੰਭਾਵਨਾ ਹੈ ਜਿਸ ਦੇ ਨਾਲ ਦਿੱਲੀ ਐਨਸੀਆਰ ਪੰਜਾਬ ਦੇ ਚੋਂ 8 ਜੂਨ ਤੋਂ ਪਹਿਲਾਂ ਲੂਟ ਚੱਲਣ ਦੀ ਸੰਭਾਵਨਾ ਨਹੀਂ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮੋਗਾ ਵਿਖੇ ਚਨਈ ਤੋਂ ਪਰਤੇ ਨੌਜਵਾਨ ਦੀ ਚੋ ਕੋਰੋਨਾ ਦੀ ਹੋਈ ਪੁਸ਼ਟੀ ਸੋ ਬੀਤੀ ਸ਼ਾਮ ਆਈਆਂ ਰਿਪੋਰਟਾਂ ਚ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਦੇ ਨਾਲ ਸੰਬੰਧਿਤ ਚਨਈ ਤੋਂ ਪਰਤੇ ਇੱਕ 20 ਸਾਲਾ ਨੌਜਵਾਨ ਦੀ ਰਿਪੋਰਟ ਕੋਰੋਨਾ ਪੋਜ਼ਿਟਿਵ ਪਾਈ ਗਈ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਖੇਲ ਰਤਨ ਲਈ ਰੋਹਿਤ ਦਾ ਨਾਂ ਨਾਮਜਦ ਅਰਜੁਨ ਐਵਾਰਡ ਦੇ ਲਈ ਇਸ਼ਾਂਤ ਸਨੇ ਇਹਨਾਂ ਖਿਡਾਰੀਆਂ ਦੇ ਨਾਮ ਸ਼ਾਮਲ ਸੋ ਭਾਰਤੀ ਕੰਟਰੋਲ ਬੋਰਡ ਨੇ ਸੀਮਤ ਓਵਰਾਂ ਦੇ ਉਪ ਕਪਤਾਨ ਅਤੇ ਤੜਾਕ ਬੱਲੇਬਾਜ਼ ਰੋਹਿਤ ਸ਼ਰਮਾ ਦੇ ਨਾਮ ਦੇਸ਼ ਦੇ ਸਰਵ ਸ੍ਰੇਸ਼ਟ ਖੇਡ ਸਨਮਾਨ ਰਜੀਵ ગાંધી ਖੇਲ ਰਤਨ ਅਤੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਸਲਾਮੀ ਬੱਲੇਬਾਜ਼ ਸ਼ਿਖਰ ਤਵਨ ਮਹਿਲਾ ਆਲ ਰੌਂਡ ਦੀਪਤੀ ਸ਼ਰਮਾ ਦੇ ਨਾਮ ਅਰਜੁਨ ਐਵਾਰਡ ਦੇ ਲਈ ਕੇਂਦਰੀ ਖੇਡ ਮੰਤਰਾਲੇ ਨੂੰ ਭੇਜਿਆ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਰੇਲ ਪ੍ਰਸ਼ਾਸਨ ਨੇ ਖਿੱਚੀ ਤਿਆਰੀ ਕੱਲ੍ਹ ਤੋਂ ਚੱਲਣਗੀਆਂ ਇਹ ਟ੍ਰੇਨਾਂ ਇੰਜ ਹੋਵੇਗੀ ਯਾਤਰੀਆਂ ਦੀ ਐਂਟਰੀ ਸੋ ਜਲੰਧਰ ਤੋਂ ਖਬਰ ਆ ਰਹੀ ਹੈ ਜੀ ਧਿਆਨ ਦੇ ਨਾਲ ਤੁਸੀਂ ਸੁਣਨੀ ਹੈ ਜੇਕਰ ਤੁਸੀਂ ਟ੍ਰੇਨ ਦੇ ਵਿੱਚ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਸ ਖਬਰ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਉਸ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰੋ ਤਾਲਾਬੰਦੀ ਚਾਰ ਦੇ ਕਾਰਨ ਟ੍ਰੇਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਚੁੱਕੀ ਸੀ ਬੀਤੇ ਦਿਨੀ ਸਿਰਫ ਮਜ਼ਦੂਰ ਸਪੈਸ਼ਲ ਟ੍ਰੇਨਾਂ ਹੀ ਚਲਾਈਆਂ ਗਈਆਂ ਹੁਣ ਰੇਲਵੇ ਨੇ 1 ਜੂਨ ਤੋਂ 100 ਤੋਂ ਜ਼ਿਆਦਾ ਟ੍ਰੇਨਾਂ ਸ਼ੁਰੂ ਕਰਨ ਜਾ ਰਹੀ ਹੈ ਜਿਸ ਦੀ ਆਨਲਾਈਨ ਬੁਕਿੰਗ ਅਤੇ ਰੇਲਵੇ ਸਟੇਸ਼ਨ ਦੇ ਰਿਜ਼ਰਵੇਸ਼ਨ ਕੇਂਦਰਾਂ ਤੇ ਬੁਕਿੰਗ ਕੀਤੀ ਜਾ ਰਹੀ ਹੈ ਕੱਲ ਤੋਂ ਅੰਮ੍ਰਿਤਸਰ ਤੋਂ ਵੀ ਲਗਭਗ ਅੱਧਾ ਦਰਜਨ ਟ੍ਰੇਨਾਂ ਵਾਇਆ ਜਲੰਧਰ ਸਿਟੀ ਹੁੰਦੀਆਂ ਹੋਈਆਂ ਚੱਲਣਗੀਆਂ ਇਹ ਟ੍ਰੇਨਾਂ ਚੱਲਣ ਤੋਂ ਪਹਿਲਾਂ ਰੇਲਵੇ ਪ੍ਰਸ਼ਾਸਨ ਨੇ ਤਿਆਰੀ ਸ਼ੁਰੂ ਕਰ ਲਈ ਹੈ ਇਨ੍ਹਾਂ ਟ੍ਰੇਨਾਂ ਦੇ ਵਿੱਚ ਜੇਕਰ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਤਾਂ ਇਸੇ ਜਿਹੜਾ ਸਟੇਸ਼ਨ ਉੱਥੇ ਸਿਰਫ ਯਾਤਰੀਆਂ ਦੀ ਹੀ ਐਂਟਰੀ ਹੋਵੇਗੀ ਉਨ੍ਹਾਂ ਦੇ ਨਾਲ ਆਏ ਕਿਸੇ ਵੀ ਵਿਅਕਤੀ ਦੀ ਐਂਟਰੀ ਸਟੇਸ਼ਨ ਤੇ ਨਹੀਂ ਹੋਵੇਗੀ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਰੇਲਵੇ ਦੇ ਸਥਾਨਕ ਅਧਿਕਾਰੀਆਂ ਦੇ ਵੱਲੋਂ ਸਟੇਸ਼ਨ ਤੇ ਆਉਣ ਵਾਲੇ ਯਾਤਰੀਆਂ ਅਤੇ ਸਟੇਸ਼ਨ ਤੇ ਬਾਹਰ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਯੋਜਨਾ ਬਣਾਈ ਗਈ ਹੈ ਸੋ ਕੱਲ ਤੋਂ ਆਨਲਾਈਨ ਬੁਕਿੰਗ ਸ਼ੁਰੂ ਕਰੇਗੀ ਪੀਆਰਟੀਸੀ ਸੋ ਹੁਣ ਤਾਲਾਬੰਦੀ ਤੋਂ ਬਾਅਦ ਪੀਆਰਟੀਸੀ ਨੇ 1 ਜੂਨ ਤੋਂ ਆਨਲਾਈਨ ਬੁਕਿੰਗ ਦੁਬਾਰਾ ਪੰਜਾਬ ਦੇ ਵੱਖ-ਵੱਖ ਰੂਟਾਂ ਤੇ ਬੱਸਾਂ ਨੂੰ ਸ਼ੁਰੂ ਕਰਨ ਦੇ ਲਈ ਆਪਣੇ ਡੀਪੂ ਪ੍ਰਬੰਧਕਾਂ ਨੂੰ ਇੱਕ ਪੱਤਰ ਵੀ ਲਿਖਤਾ ਹੈ ਪੈਪਸੂਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਨਰਲ ਮੈਨੇਜਰ ਪ੍ਰਸ਼ਾਸਨ ਦੇ ਵੱਲੋਂ ਜਾਰੀ ਇੱਕ ਪੱਤਰ ਦੇ ਵਿੱਚ ਉਹਨਾਂ ਰੂਟਾਂ ਦੀ ਸੂਚੀ ਭੇਜੀ ਗਈ ਹੈ ਜਿਨ੍ਹਾਂ ਤੇ ਇਹ ਬੱਸਾਂ ਚੱਲਣਗੀਆਂ ਸੋ ਚੰਡੀਗੜ੍ਹ ਤੋਂ ਬਠਿੰਡਾ ਪਟਿਆਲਾ ਸੰਗਰੂਰ ਚੰਡੀਗੜ੍ਹ ਕਪੂਰਥਲਾ ਤੋਂ ਚੰਡੀਗੜ੍ਹ ਬਰਨਾਲਾ ਤੋਂ ਚੰਡੀਗੜ੍ਹ ਬੁੱਢਲਾਡਾ ਤੋਂ ਚੰਡੀਗੜ੍ਹ ਬਰਾਸਤਾ ਪਟਿਆਲਾ ਫਰੀਦਕੋਟ ਤੋਂ ਚੰਡੀਗੜ੍ਹ ਸੰਗਰੂਰ ਤੋਂ ਪਟਿਆਲਾ ਲੁਧਿਆਣਾ ਲੁਧਿਆਣਾ ਤੋਂ ਸੰਗਰੂਰ ਲੁਧਿਆਣਾ ਲੁਧਿਆਣਾ ਤੋਂ ਪਟਿਆਲਾ ਪਟਿਆਲੇ ਤੋਂ ਜਲੰਧਰ ਅਮਰitsar ਦੇ ਰੂਟਾਂ ਵੀ ਤੇ ਵੀ ਇਹ ਬੱਸਾਂ ਜਿਹੜੀਆਂ ਪੀਆਰਟੀਸੀ ਦੀਆਂ ਚੱਲਣਗੀਆਂ ਸੋ ਇਹਨਾਂ ਬੱਸਾਂ ਦੇ ਚੱਲਣ ਦੇ ਨਾਲ ਯਾਤਰੀਆਂ ਨੂੰ ਲੰਬੇ ਰੂਟ ਤੇ ਬੱਸਾਂ ਦੀ ਸਹੂਲਤ ਵੀ ਮਿਲਣੀ ਸ਼ੁਰੂ ਹੋ ਜਾਵੇਗੀ ਜੋ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਹਨ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ